ਤੁਹਾਡੇ ਉੱਪਰ ਇਲਜ਼ਾਮ ਤੁਹਾਡੇ ਵਿਰੋਧੀ ਲਗਾਉਂਦੇ ਕਿ ਤੁਸੀਂ ਨਿੱਜੀ ਹਮਲੇ ਬਹੁਤ ਕਰਦੇ ਹੋ। ਕਦੇ ਤੁਸੀਂ ਅਰਬੀ ਘੋੜਿਆਂ ਦਾ ਜ਼ਿਕਰ ਕਰ ਦਿੱਤਾ, ਲੁਧਿਆਣੇ ਵਾਲੀ ਡਿਬੇਟ ਹੋਈ, ਉੱਥੇ ਤੁਸੀਂ ਬਾਲਾਸਰ ਨਹਿਰ ਦਾ ਜ਼ਿਕਰ ਕਰ ਦਿੱਤਾ। ਕਹਿੰਦੇ ਬੜੀ ਨਿੱਜੀ ਹਮਲੇ ਬਹੁਤ ਕਰਦੇ ਹੋ। ਅਰਬੀ ਘੋੜੇ ਇੱਕ ਦੇਸ਼ ਨੂੰ ਦਿੱਤੇ, ਡਿਫੈਂਸ ਨੂੰ ਦਿੱਤੇ, ਅਰਬ ਦੇ ਇੱਕ ਰਾਜੇ ਨੇ, ਤੇ ਉਹਨਾਂ ਨੂੰ ਕੋਈ ਬੰਦਾ ਘਰੇ ਲੈ ਜੇ, ਇਹ ਨਿੱਜੀ ਹਮਲਾ? ਇਹ ਦੇਸ਼ ਦੀ ਪ੍ਰੋਪਰਟੀ ਨਹੀਂ ਸੀ ਉਹਨਾਂ ਨੇ ਜਿਹੜੀ ਘਰੇ ਲੈ ਗਏ? ਬਾਲਾਸਰ ਵਾਲੀ ਨਹਿਰ ਕਿਸ ਏਵ ਚ ਬਣਾਈ ਗਈ ਕਿ ਭਾਖੜਾ ਨਹਿਰ ਨੂੰ 1.5 ਫੁੱਟ ਉਹਦੇ ਕਿਨਾਰੇ ਉੱਪਰ ਚੱਕ ਦੋ? ਇਹ ਨਿੱਜੀ ਹਮਲਾ ਜੀ। ਨਿੱਜੀ ਹਮਲੇ ਕੌਣ ਕਰਦਾ? ਮੇਰੇ ਤੇ ਹਰ ਤੀਜੇ ਦਿਨ ਲੱਗੇ ਰਹਿੰਦੇ ਨੇ। ਭਗਵੰਤ ਮਾਨ ਨੇ ਦੂਜਾ ਵਿਆਹ ਕਿਉਂ ਕਰਾ ਲਿਆ? ਆਪ ਦੂਜੀਆਂ ਤੀਜੀਆਂ ਦੇ ਨੇ ਆਪ ਵੀ, ਪਹਿਲਾਂ ਆਪਦੇ ਘਰ ਦਾ ਦੇਖ ਲਓ। ਜਦੋਂ ਮੈਂ ਬੋਲ ਪੈਣਾ ਕਹਿੰਦੇ ਨਿੱਜੀ ਹਮਲਾ, ਜਦੋਂ ਉਹ ਬੋਲ ਪੈਂਦੇ ਨੇ ਕਹਿੰਦੇ ਸਾਡਾ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੇ ਅਸੀਂ। ਹੱਦ ਹੈ ਯਾਰ, ਤੁਸੀਂ ਮੇਰੀਆਂ ਮਾਵਾਂ ਭੈਣਾਂ ਤੱਕ ਪਹੁੰਚੇ ਹੋਏ ਹੋ। ਮੈਂ ਫੇਰ ਵੀ ਕਹਿੰਦਾ ਚੱਲ ਕੋਈ ਗੱਲ ਨਹੀਂ। ਤੁਹਾਨੂੰ ਲੱਗਦਾ ਕਿ ਸਿਆਸਤ ਦਾ ਮਿਆਰ ਡਿੱਗਿਆ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ? ਮੈਂ ਕਹਿੰਦਾ ਮੁੱਦਿਆਂ ਤੇ ਗੱਲ ਕਰੋ ਨਾ, ਹੈਲਦੀ ਕ੍ਰਿਟੀਸਿਜ਼ਮ ਕਰੋ ਪੰਜਾਬ ਦੇ ਮੁੱਦੇ। ਹੁਣ ਪੰਜਾਬ ਦੇ ਮੁੱਦੇ ਇਹ ਰਹਿ ਗਏ ਕਿ ਹਾਈ ਕਮਾਂਡ ਨੇ ਇਹਦੀ ਫੋਟੋ ਲਾਤੀ, ਉਹਦੀ ਲਾਈ ਨਹੀਂ, ਇਹ ਪੰਜਾਬ ਦੇ ਮੁੱਦੇ ਨੇ ਜੀ? ਹਾਈ ਕਮਾਂਡ ਆ ਕਹਿੰਦੀ ਐਂ ਕਹਿੰਦੀ ਹੈ, ਪੰਜਾਬ ਦੇ ਮੁੱਦੇ ਰੋਜ਼ਗਾਰ ਹੈ, ਪੰਜਾਬ ਦੀ ਬ੍ਰੇਨ ਡਰੇਨ ਹੋ ਰਿਹਾ, ਨਿੱਤ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਬੱਚੇ ਜਹਾਜ਼ ਪਰ ਉੱਧਰ ਜਾ ਰਹੇ ਨੇ, ਕਿਤੋਂ ਕੋਈ ਜਹਾਜ਼ ਹੀ ਫੜਿਆ ਜਾ ਰਿਹਾ ਪੂਰਾ ਹੀ, ਤੇ ਸਾਡੇ ਰੋਜ਼ਗਾਰ ਇੱਥੇ ਆਵੇ, ਸਾਡਾ ਮਾਣ ਇੱਜ਼ਤ ਬਰਕਰਾਰ ਰਹੇ, ਸਾਡਾ ਕਿਸਾਨੀ ਲਾਹੇਵੰਦ ਧੰਦਾ ਬਣੇ, MSP ਮਿਲੇ, ਫਸਲਾਂ ਦੇ ਮੁੱਲ ਮਿਲਣ, ਫਿਰ ਦਵਾਮੇ ਮਾਰਦਾ ਕਿਸਾਨ ਖੇਤਾਂ ਨੂੰ ਜਾਵੇ। ਮੁੱਦੇ ਤਾਂ ਇਹ ਨੇ ਜੀ। ਕੁਰਸੀਆਂ ਪਿੱਛੇ ਮੁੱਦੇ ਵਾਲੇ ਪਾਸੇ ਆਵਾਂ, ਅਕਾਲੀ ਦਲ ਨਾਲ ਇੱਕ ਆਖਰੀ ਸਵਾਲ ਮੈਂ ਜੁੜਿਆ। ਉਹ ਕਹਿੰਦੇ ਤੁਹਾਨੂੰ ਅਕਾਲੀ ਦਲ ਤੋਂ ਹੀ ਸਭ ਤੋਂ ਜ਼ਿਆਦਾ ਟੈਨਸ਼ਨ ਹੈ, ਇਸ ਕਰਕੇ ਤੁਸੀਂ ਉਹਨਾਂ ਦਾ ਵਾਰ ਵਾਰ ਨਾਮ ਲੈਂਦੇ ਹੋ, ਵਾਰ ਵਾਰ ਉਹਨਾਂ ਨਾਲ ਜੁੜੀਆਂ ਕੋਈ ਫਾਈਲਾਂ ਦਾ ਜ਼ਿਕਰ ਕਰਦੇ ਹੋ ਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਘਬਰਾਹਟ ਹੈ। ਅਕਾਲੀ ਦਲ ਦੇ ਲੀਡਰ ਜਿਹੜੇ ਟਾਪ ਲੀਡਰਸ ਨੇ, ਤੁਸੀਂ ਵੀ ਜਾਣਦੇ ਹੋ, ਉਹ ਵਾਰ ਵਾਰ ਇਹ ਜ਼ਿਕਰ ਕਰਦੇ ਹਨ। ਕਿਹਨੂੰ ਘਬਰਾਹਟ ਹੈ? ਕਹਿੰਦੇ ਆਮ ਆਦਮੀ ਪਾਰਟੀ ਨੂੰ, ਅਕਾਲੀ ਦਲ ਤੋਂ ਸਭ ਤੋਂ ਜ਼ਿਆਦਾ। ਕਹਿੰਦੇ ਕਾਂਗਰਸੀ ਵੀ ਅਕਾਲੀ ਦਲ ਬਾਰੇ ਬੋਲਦੇ ਹੈ, ਮਾਨ ਸਾਹਿਬ ਵੀ ਅਕਾਲੀ ਦਲ ਬਾਰੇ ਬੋਲਦੇ ਹੈ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੀ ਅਕਾਲੀ ਦਲ ਦੀ ਹੈ। ਟੈਨਸ਼ਨ ਨਹੀਂ ਜੀ, ਸਭ ਤੋਂ ਪਹਿਲਾਂ ਲੁੱਟਿਆ ਉਹਨਾਂ ਨੇ ਹੈ ਅਸਲ 'ਚ। ਮੈਂ ਹਿਸਾਬ ਮੰਗਦਾ ਜੀ ਉਹਦਾ, ਚਿੱਟੇ ਤੇ ਕਿਹਨੇ ਲਾਏ ਨੌਜਵਾਨ? ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਬਚਾਉਂਦਾ ਥਾਣੇ ਦੇ ਮੂਹਰੇ ਭੁੰਨ ਦਿੱਤਾ ਜਾਂਦਾ, ਤੇ ਉਹਦੀ ਹਿੱਕ ਤੇ ਪੈਰ ਧਰ ਕੇ ਨਾਰੇ ਲੱਗ ਰਹੇ ਨੇ ਆਪਦੇ ਆਕਾ ਦੇ। ਇਹ ਲਾਅ ਐਂਡ ਆਰਡਰ ਕਿਹੜੇ ਕਿਹਨਾਂ ਦੇ ਵੇਲੇ ਸੀਗਾ ਜੀ? ਇਹ ਕੋਈ ਢਾਬਾ ਨਹੀਂ ਛੱਡਿਆ, ਕੋਈ ਸਮੋਸਿਆਂ ਦੀ ਰੇਹੜੀ ਨਹੀਂ ਛੱਡੀ, ਤੇ ਫਿਰ ਟੈਨਸ਼ਨ ਮੈਨੂੰ ਹੈ ਜਾਂ ਟੈਨਸ਼ਨ ਉਹਨਾਂ ਨੂੰ ਹੈ? ਕਿੰਨੀਆਂ ਸੀਟਾਂ ਨੇ? ਕਿੰਨੀਆਂ ਸੀਟਾਂ ਨੇ? ਤਿੰਨ, ਇੱਕ ਤਿੰਨ ਚੋਂ ਇੱਕ BSP, ਦੋ ਚੋਂ ਇੱਕ ਅੱਧੇ ਜੇ ਦਿਲ ਨਾਲ ਕਹਿੰਦਾ ਦੇਖਦੇ ਹਾਂ ਕਿੱਧਰ ਨੂੰ ਜਾਣਾ ਕਿਵੇਂ ਜਾਣਾ। ਤੇ ਮੈਂ ਕੀਤਾ ਜੀ? ਉਹ ਇਹ ਤਾਂ ਲੋਕਾਂ ਨੇ ਕੀਤਾ ਨਾ ਫਿਰ, ਹੈ ਨਾ? ਹੁਣ ਕਹਿੰਦੇ ਫਿਰਦੇ ਹਰ ਗੱਲ ਤੇ ਖੇਤਰੀ ਪਾਰਟੀ ਨੂੰ ਬਚਾਓ, ਉਹ ਸਾਡੀ ਖੇਤਰੀ ਪਾਰਟੀ ਆ। ਓਏ ਕਿਉਂ ਬਚਾਈਏ ਜੀ? ਠੇਕਾ ਲਿਆ ਲੋਕਾਂ ਨੇ ਇਹਨਾਂ ਨੂੰ ਬਚਾਉਣ ਦਾ, ਮਰਵਾਏ ਕਿਹਨੇ ਨੇ? ਚੰਗਾ ਭਲਾ ਰਾਜ ਕਰ ਲੈਂਦੇ, ਸਾਨੂੰ ਕੀ ਲੋੜ ਸੀ? ਮੈਂ ਤਾਂ ਬੜਾ ਵਧੀਆ ਕਲਾਕਾਰ ਸੀ, ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਜੀ? ਉਦੋਂ ਤਾਂ ਰੱਬ, ਉਹ ਤਾਂ ਰੱਬ ਭੁੱਲਿਆ ਹੋਇਆ ਸੀ। ਉਹ ਤਾਂ ਮਤਲਬ DGP ਨੂੰ ਜਾਂ IG ਨੂੰ ਵੀ ਥਾਣੇਦਾਰਾ ਕਹਿ ਕੇ ਬੁਲਾਉਂਦੇ ਸੀ, ਐ ਥੋੜੀ ਹੁੰਦਾ ਅਸਲ ਜੀ। ਲੋਕ ਹੈ, ਜਾਣ ਲੋਕਾਂ ਚ, ਦੋ ਹਜ਼ਾਰ ਲੋਕ ਜਾਣ ਨਹੀਂ, ਹੁਣ ਇਸ ਵਕਤ ਲੋਕਾਂ ਜਾਣ।